ਜਿਵੇਂ ਮੇਰੇ ਬੀ ਬੀਜੇ ਹੋਏ ਆ, ਮੰਨ ਲਓ ਮੈਂ ਕੋਈ ਕਰਮ ਗਲਤ ਕੀਤੇ, ਉਹ ਹਾਂਜੀ ਮੇਰੇ ਕਰਮਾਂ ਦੀ ਸਜ਼ਾ ਬੱਚਿਆਂ ਨੂੰ ਵੀ ਮਿਲਦੀ ਹੈ, ਜਾਂ ਇਹ ਕਹਿ ਲਓ ਕਿ ਇੱਕ ਚੰਗੇ ਮੇਰੇ, ਮੈਂ ਚਾਹੁੰਦਾ ਕਿ ਮੇਰੀ ਔਲਾਦ ਚੰਗੀ ਹੋਵੇ, ਤਾਂ ਮੇਰੇ ਔਲਾਦ ਦੇ ਚੰਗੇ ਹੋਣ ਦੇ ਵਿੱਚ ਮੇਰੇ ਕਰਮਾਂ ਦਾ ਚੰਗਾ ਹੋਣਾ ਜ਼ਰੂਰੀ ਹੈ ਜਾਂ ਨਹੀਂ, ਜਾਂ ਇੱਕ ਚੰਗੇ ਮਨੁੱਖ ਦੀ ਸਮਾਜ ਨੂੰ ਕਿੰਨੀ ਕੁ ਲੋੜ ਹੁੰਦੀ ਹੈ। ਵੈਸੇ ਵੀਰ ਜੀ ਇੱਕ ਬੜਾ ਸੌਖਾ ਜਿਹਾ ਹੀ ਢੰਗ ਹੈ ਇਹ, ਵੀ ਜੇ ਮੈਂ ਕੁਝ ਗਲਤ ਕਰਦਾ ਤਾਂ ਕੀ ਉਹਦਾ ਰਿਜ਼ਲਟ ਮੇਰੇ ਬੱਚਿਆਂ ਨੂੰ ਭੁਗਤਣਾ ਪਏਗਾ ਜਾਂ ਨਹੀਂ। ਅਸਲੀਅਤ ਇਹ ਹੈ ਨਾ ਵੀਰ ਜੀ, ਵੀ ਬੱਚੇ ਕਦੇ ਵੀ ਸਾਡੇ ਕੁਝ ਕਹਿਣ ਨਾਲ ਨਹੀਂ ਸਿੱਖਦੇ ਹੁੰਦੇ, ਸਾਡੇ ਸਮਝਾਉਣ ਨਾਲ ਨਹੀਂ ਸਮਝਦੇ ਹੁੰਦੇ, ਠੀਕ ਹੈ, ਬੱਚੇ ਹਮੇਸ਼ਾ ਸਾਨੂੰ ਕਾਪੀ ਕਰਦੇ ਆ, ਬਿਲਕੁਲ ਸਹੀ ਹੈ। ਜੋ ਮੈਂ ਕਰਾਂਗਾ ਨਾ ਮੈਨੂੰ ਮੇਰੇ ਬੱਚੇ ਵੇਖਦੇ ਆ, ਤਾਂ ਫਿਰ ਜੋ ਕਰਮ ਮੈਂ ਕਰਾਂਗਾ ਨਾ ਸੱਚਮੁੱਚ ਉਹਨਾਂ ਨੇ ਉਹੀ ਕਰਨੇ ਆ। ਤੁਸੀਂ ਦੇਖ ਲੈਣਾ ਵੀ ਕਿਸਾਨ ਵੱਲ ਦੇਖ ਕੇ ਉਹਦਾ ਪੁੱਤ ਹੌਲੀ ਹੌਲੀ ਕਹੀ ਫੜਨ ਲੱਗ ਜਾਂਦਾ, ਡਾਕਟਰ ਵੱਲ ਦੇਖ ਕੇ ਉਹਦਾ ਹੀ ਮਤਲਬ ਉਹ ਸਟੈਥੋਸਕੋਪ ਚੱਕਣ ਜੀ ਲੱਗ ਜਾਂਦਾ ਆ, ਕੋਈ ਕੁਛ ਵਾ ਇੱਦਾਂ ਹੀ ਆ। ਹੁਣ ਸਮਾਜ ਦੇ ਵਿੱਚ ਜੇ ਸੱਚਮੁੱਚ ਹੀ ਅਸੀਂ ਚਾਹੁੰਦੇ ਹਾਂ ਵੀ ਸਾਡੇ ਕੀਤੇ ਕਰਮਾਂ ਦੀ ਜਿਹੜੀ ਸਜ਼ਾ ਹੈ ਉਹ ਸਾਡੇ ਬੱਚਿਆਂ ਨੂੰ ਨਾ ਮਿਲੇ, ਤਾਂ ਫਿਰ ਸਾਨੂੰ ਚਾਹੀਦਾ ਵਾ ਵੀ ਇੱਕ ਅਸੀਂ ਐਸਾ ਸਮਾਜ ਸਿਰਜੀਏ ਜਿਹਦੇ ਵਿੱਚ, ਜਿਹਨੂੰ ਬਾਬਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਕਿਵ ਸਚਿਆਰਾ ਹੋਈਏ, ਇੱਕ ਚੰਗੇ ਮਨੁੱਖ ਦੀ ਘਾੜਤ ਘੜੀਏ ਜਿਹਦੇ ਕਰਕੇ ਸਮਾਜ ਹੀ ਸੋਹਣਾ ਹੋਊਗਾ। ਜਿੱਦਾਂ ਕਹਿ ਲਓ ਵੀ ਇੱਕ ਬਾਗ ਮਿਲਿਆ, ਸਮਾਜ ਇੱਕ ਬਾਗ ਹੈ, ਜੀ ਜੇ ਉਹਦੇ 'ਚ ਬੂਟੇ ਹੀ ਚੰਗੇ ਲੱਗੇ ਹੋਣਗੇ ਨਾ ਸੱਚਮੁੱਚ ਉਹਦੇ 'ਚੋਂ ਸੋਹਣੀ ਖੁਸ਼ਬੂ ਆਊਗੀ। ਬਿਲਕੁਲ, ਇੱਕ ਵੀਰ ਨੇ ਬੜੀ ਪਿਆਰੀ ਗੱਲ ਕਹੀ ਸੀ ਇਸ ਬਾਬਤ, ਉਹ ਕਹਿੰਦਾ ਵੀ ਕੰਮ ਸਭ ਦੇ ਆਈਏ ਅਜੇ ਇੰਨੇ ਮਿਹਰਬਾਨ ਨਹੀਂ ਬਣੇ, ਵੀ ਆਪਾਂ ਸਭ ਦੇ ਕੰਮ ਆ ਸਕੀਏ ਅਜੇ ਸਾਨੂੰ ਇੰਨੀ ਅਕਲ ਨਹੀਂ ਆਈ, ਨਹੀਂ ਆਈ ਬਿਲਕੁਲ, ਕੰਮ ਸਭ ਦੇ ਆ ਸਕੀਏ ਅਜੇ ਇੰਨੇ ਮਿਹਰਬਾਨ ਨਹੀਂ ਬਣੇ, ਕੀਤਾ ਸਭ ਦਾ ਹੀ ਜਾਣੀਏ ਅਜੇ ਇੰਨੇ ਕਦਰਦਾਨ ਵੀ ਨਹੀਂ ਬਣੇ, ਜੋ ਸ਼ੌਹਰਤਾਂ ਤੇ ਕੁਰਸੀਆਂ ਦੇ ਪਿੱਛੇ ਨਾ ਵਿਕਣ ਅਜੇ ਸਭ ਦੇ ਇਹੋ ਜਿਹੇ ਇਮਾਨ ਨਹੀਂ ਬਣੇ। ਬਹੁਤ ਅੱਛਾ, ਬਣ ਗਏ ਹਿੰਦੂ ਸਿੱਖ ਈਸਾਈ ਮੁਸਲਮਾਨ ਪਰ ਤੌਬਾ ਮੇਰੀ ਖੁਦਾ ਅਜੇ ਇਨਸਾਨ ਨਹੀਂ ਬਣੇ। ਵਾਹ ਵਾਹ, ਬਹੁਤ ਅੱਛਾ, ਮਤਲਬ ਸਾਡੇ ਚੋਂ ਜਿਹਨੂੰ ਤੁਸੀਂ ਦੇਖੋ ਕਹੇਗਾ ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ ਜੀ, ਮੈਂ ਮੁਸਲਮਾਨ, ਮੁਬਾਰਕ ਹੈ ਜੀ, ਪਰ ਤੇਰੇ 'ਚ ਇਨਸਾਨੀਅਤ ਕਿੰਨੀ ਕੁ ਹੈ, ਕੀ ਤੂੰ ਇਨਸਾਨ ਬਣ ਗਿਆ? ਜੇ ਸੱਚਮੁੱਚ ਚੰਗਾ ਇਨਸਾਨ ਬਣ ਗਿਆ ਨਾ ਤਾਂ ਫਿਰ ਸਮਾਜ ਦੇ ਵਿੱਚ ਤੇਰੀ ਵਾਕਈ ਲੋੜ ਹੈ, ਨਹੀਂ ਤਾਂ ਸੱਚਮੁੱਚ ਹੀ ਤੂੰ ਸਮਾਜ ਦੇ ਵਿੱਚ ਇਨਸਾਨ ਹੋਣ 'ਤੇ ਇੱਕ ਧੱਬਾ ਹੈ ਜੇ ਤੇਰੇ ਕਰਮ ਚੰਗੇ ਨਹੀਂ ਹੈ।